ਸਾਰ ਹੀਣ ਨੂੰ ਸਮਝਦੇ ਸਾਰ ਕਈ ਕਈ ਸਾਰ ਨੂੰ ਪਏ ਸਾਰ ਵੇਖਣ ਫਿਰਨ ਭਟਕਦੇ ਉਹ ਭੰਬਲ ਭੂਸਿਆਂ ਵਿੱਚ ਨਾ ਉਹ ਤੇਲ ਨਾ ਤੇਲ ਦੀ ਧਾਰ ਵੇਖਣ ਪੈਂਦੀ ਨਹੀਂ ਸਰਾਰ ਦੀ ਸਾਰ ਕੋਈ ਮਿਲਦੀ ਸ਼ਾਂਤੀ ਨਾ ਪਰੇਸ਼ਾਨ ਰਹਿੰਦੇ ਮਾਇਆ ਝਾਲ ਜੰਜਾਲ ਵਿੱਚ ਹੋਏ ਫਾਥੇ ਸੋਚਾਂ ਫੋਕੀਆਂ ਵਿੱਚ ਗਲਤਾਨ ਰਹਿੰਦੇ ਸਾਰ ਸਮਝਿਆ ਜਿਨਾਂ ਨੇ ਸਾਰ ਤਾਂ ਹੀ ਸਾਰਹੀਣ ਨੂੰ ਵੀ ਨਾਲੇ ਜਾਣ ਲਿਆ ਸਾਰੀ ਸਾਰ ਸਾਰ ਦੀ ਪਈ ਸੋਜੀ ਅਸਲੀ ਸਾਰ ਦਾ ਰੂਪ ਛਾਣ ਲਿਆ ਰਮਗਾਂ ਗੁਜੀਆਂ ਉਹਨਾਂ ਨੇ ਤਾੜ ਲਈਆਂ ਸੁੱਚੀ ਨੀਤ ਤੇ ਸੱਚੀ ਵਿਚਾਰ ਦੇ ਨਾਲ ਸਾਰ ਜਦੋਂ ਵੀ ਤਤ ਦੇ ਕਿਸੇ ਪਾਏ ਪਾਈ ਸਦਾ ਹੀ ਸੱਚ ਚਾਰ ਦੇ ਨਾਲ ਜਿਵੇਂ ਘਰ ਦੀ ਛੱਤ ਜੇ ਹੋਏ ਢੱਠੇ ਮੀਂਹ ਜ਼ੋਰ ਦਾ ਉੱਪਰੋਂ ਆ ਜਾਏ ਪਾਣੀ ਲੰਘ ਕੇ ਗਲੀਆਂ ਮਗੋਰੀਆਂ ਚੋਂ ਤਾਂ ਉਸ ਮਕਾਨ ਨੂੰ ਲਾ ਜਾਏ ਉਸ ਮਨ ਦੇ ਉਹੇ ਦਸ਼ਾ ਹੁੰਦੇ ਜਿਹੜਾ ਸਾਧਨਾ ਬਿਨਾ ਕਮਜ਼ੋਰ ਹੁੰਦਾ ਤ੍ਰਿਸ਼ਨਾ ਉਹਦੇ ਵਿੱਚੋਂ ਪਰਵੇਸ਼ ਕਰਦੀ ਜਿਵੇਂ ਸਨਤੀ ਲੰਘਿਆ ਚੋਰ ਹੁੰਦਾ ਚੰਗੀ ਕਿਸੇ ਮਕਾਨ ਦੀ ਛੱਤ ਹੋਵੇ ਮੀਂਹ ਜ਼ੋਰ ਦਾ ਵੀ ਭਾਵੇਂ ਆ ਜਾਏ ਫੇਰ ਬਾਣੀ ਦੀ ਭਲਾ ਮੋਜਾਲ ਕੀ ਹੈ ਕਿਧਰੇ ਟਾਮ ਕਾਨ ਨੂੰ ਲਾ ਜਾਏ ਉਸ ਮਨ ਦੇ ਉਹੇ ਦਸ਼ਾ ਹੁੰਦੇ ਜੋ ਸੰਜਮ ਦੇ ਨਾਲ ਸਹਜ਼ੋਰ ਹੁੰਦਾ ਤ੍ਰਿਸ਼ਨਾ ਉਹਦੇ ਵਿੱਚ ਨਹੀਂ ਪਰਵੇਸ਼ ਕਰਦੀ ਬਿਨਾਂ ਸਨ ਬੇਵਸ ਜਿਉਂ ਚੋਰ ਹੁੰਦਾ ਰਹੇ ਝੂਰਦਾ ਆਪਣੀ ਜ਼ਿੰਦਗੀ ਵਿੱਚ ਮੌਤ ਪਿੱਛੋਂ ਵੀ ਉਲੜਸ਼ਦਾ ਝੂਰਦਾ ਏ ਸੱਚੀ ਗੱਲੇ ਨਹੀਂ ਝੁਟਲਾਈ ਜਾਂਦੀ ਆਪੀ ਦੋਹਾਂ ਜਹਾਨਾਂ ਵਿੱਚ ਝੂਰਦਾ ਏ ਕਰੇ ਗਮਾਂ ਦੀ ਪੀੜ ਨੇ ਢਾਲੋ ਸੁਨੋ ਖਾਂਦਾ ਉਸ ਨੂੰ ਰੋਗ ਸੰਤਾਪ ਹੁੰਦਾ ਮੰਦੇ ਕੰਮ ਹੀ ਉਸ ਦੇ ਆਉਣ ਅੱਕੇ ਉਹਨੂੰ ਮਾਰਦਾ ਆਪਣਾ ਪਾਪ ਹੁੰਦਾ ਸੁਖ ਭੋਗਦਾ ਏ ਸੋਹਣੇ ਜ਼ਿੰਦਗੀ ਵਿੱਚ ਮਰਨ ਪਿੱਛੋਂ ਵੀ ਉਸ ਨੂੰ ਸੁਖ ਮਿਲਦਾ ਧਰਮੀ ਦੋਹਾ ਜਹਾਨਾ ਵਿੱਚ ਸੁਰਖ ਰੋ ਹੈ ਉਹਨੂੰ ਕਿਦਰੇ ਵੀ ਜ਼ਰਾ ਨਾ ਦੁੱਖ ਮਿਲਦਾ ਸਦਾ ਸਦਾ ਆਨੰਦ ਪਰਸੰਨ ਰਹਿੰਦਾ ਕਦੇ ਨਹੀਂ ਦੋਹਾਈ ਦੋਹਾਈ ਕਰਦਾ ਪੱਲੇ ਪੁੰਨ ਵਿਚਾਰ ਪੂਨੀਤ ਜਿਸ ਦੇ ਕਰਦਾ ਹੱਕ ਦੀ ਨੇਕ ਮਾਈ ਕਰਦਾ ਕਸ਼ਟ ਚ ਹੱਲਦਾ ਏ ਸੰਸਾਰ ਅੰਦਰ ਮਾਰਨ ਪਿੱਛੋਂ ਵੀ ਰੋਗ ਸੰਤਾਪ ਰਹਿਦਾ ਕੀਤੇ ਪਾਪ ਰਾਮ ਨਹੀਂ ਲੈਣ ਦਿੰਦੇ ਚੜਿਆ ਦੋਹਾਂ ਜਹਾਨਾਂ ਵਿੱਚ ਤਾਪ ਰਹਿਦਾ ਏ ਸੋਚ ਕੇ ਮੈਂ ਗੋਨਾ ਕੀਤਾ ਗੁਨਾਗਾਰ ਕੰਬੇ ਹੋਰ ਦੁਖੀ ਹੁੰਦਾ ਕਾਰਨ ਪਾਪ ਦੇ ਭਾਗ ਨੇ ਖੁੱਟ ਜਾਂਦੇ ਸੁਪਨੇ ਵਿੱਚ ਵੀ ਪਾਪੀ ਨਹੀਂ ਸੁਖੀ ਹੁੰਦਾ ਜੀਵ ਨੇ ਉਹਦਾ ਪ੍ਰਸੰਨ ਪਰਪੂਰ ਹੁੰਦਾ ਉਸ ਤੋਂ ਮੌਤ ਵੀ ਖੁਸ਼ੀ ਨਹੀਂ ਹੋ ਸਕਦੀ ਭੱਲੇ ਕਿਉਂਕਿ ਨੇਕੀਆਂ ਬੱਧੀਆਂ ਨੇ ਕੋਈ ਚੰਦਰੀ ਪੀੜ ਨਹੀਂ ਛੋ ਸਕਦੀ ਉਸ ਤੋਂ ਦੂਰ ਦਿਲਗੀਰੀਆਂ ਰਹੰਦੀਆਂ ਨੇ ਕਥਨੀ ਕਰਨੀ ਜੋ ਉਸ ਦੀ ਨੇਕ ਹੁੰਦੀ ਰਹਦੇ ਚਮਕਦੇ ਸਦਾ ਨਾ ਸੀ ਵਿਯੋਦੇ ਉਸ ਨੂੰ ਸੱਚ ਆਨੰਦ ਦੀ ਟੇਕ ਹੁੰਦੀ ਭੇਦ ਮੰਤਰਾਂ ਦੇ ਲੱਖ ਪਾਠ ਕਰੀਏ ਪੜੀਏ ਹੋਰ ਵੀ ਸੱਚੀਆਂ ਬਾਣੀਆਂ ਨੂੰ ਹਮਲਾ ਬਾਜਨਾ ਜ਼ਿੰਦਗੀ ਸੌਰ ਦੀ ਏ ਕਾਹਨੂੰ ਰੜਕੀਏ ਫੋਕਿਆਂ ਪਾਣੀਆਂ ਨੂੰ ਬਿਨਾ ਕਰਨਿਓ ਆਲਸੀ ਪੁਰਸ਼ ਕਈ ਐਵੇਂ ਭੂਮੀ ਸੰਨਿਆਸ ਦੀ ਮਣੀ ਜਾਂਦੇ ਉਸ ਗਵਾਲੇ ਦੇ ਵਾਂਗ ਸਮਝੋ ਜਿਹੜੇ ਵਗ ਬਗਾਨੇ ਦਾ ਗਿਣੀ ਜਾਂਦੇ ਥੋੜਾ 파ਟਸ਼ ਲੋਕਾਂ ਦਾ ਕਰੇ ਭਾਵੇਂ ਜੇ ਕਰ ਉਹ ਭਰ ਧਰਮ ਦੀ ਕਾਰ ਕਰਦਾ ਮਨੋਂ ਤਨੋਂ ਵੇਸਾਰ ਕੇ ਮੋ ਮਾਇਆ ਧਰਮ ਨੇ ਮਨ ਅਨੁਸਾਰ ਵਿਹਾਰ ਕਰਦਾ ਤ੍ਰਿਸ਼ਨਾ ਕਾਮਨਾ ਲੋਭ ਤੇ ਆਗ ਦਿੰਦਾ ਦੋਹੀ ਥਾਈ ਨਾ ਜਿਸ ਤੋਂ ਸਵਾਲ ਹੁੰਦਾ ਉਹ ਪਦ ਨਿਰਵਾਣ ਨੂੰ ਪੁੱਜ ਕੇ ਤੇ ਸਾਰੇ ਆਦਰਾਂ ਦਾ ਸੰਜੀਵਾਲ ਹੁੰਦਾ